सत श्रीकाल जी, तुसीं देख रहे हो स्टार एजी न्यूज चैनल। न्यूज चैनल तो अमरजीत सिंह गुरपतवंत सिंह पन्नू की अपने पिता पुरखी जद्दी पिंड विच कोई पहचान नहीं। भारत की सुरक्षा एजेंसी NIA मोहाली स्थित अदालत दे वल्लों आपा एक्ट तहत कनेडा दे विच वसे पंजाबी मूल अते भारती SFJ सिख फॉर जस्टिस ਦੇ ਮੁਖੀ ਅਤੇ ਖਾਲਿਸਤਾਨ ਸਮਰਥਕ ਗੁਰਪਤਵੰਤ ਸਿੰਘ ਪੰਨੂ ਪੁੱਤਰ ਮਹਿੰਦਰ ਸਿੰਘ ਪੰਨੂ ਦੀ ਚੰਡੀਗੜ੍ਹ ਅਤੇ ਪਿਤਾ ਪੁਰਖੀ ਪੁਸਤਾਨੀ ਪਿੰਡ ਖਾਨਕੋਟ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਲਗਭਗ 4.5 ਕਿੱਲੇ ਮਹਿੰਗੀ ਅਤੇ ਕੀਮਤੀ ਵਸਯੋਗ ਜ਼ਮੀਨ ਜਾਇਦਾਦ ਕੁਰਕ ਕਰ ਲਈ ਜਾਣਾ ਅਤੇ ਹੁਣ ਸਮਰਥਕਾਂ ਦੇ ਖਿਲਾਫ ਵੀ ਭਾਰਤੀ ਕਾਇਦੇ ਕਾਨੂੰਨ ਮੁਤਾਬਕ ਬੰਦੀ ਕਾਰਵਾਈ ਨੂੰ ਲੈ ਕੇ ਪਿੰਡ ਖਾਨਕੋਟ ਦੇ ਵਿੱਚ ਸਨਾਟਾ ਪਸਰ ਗਿਆ ਹੈ। ਪਿੰਡ ਖਾਨਕੋਟ ਦਾ ਕੋਈ ਵੀ ਨਿਵਾਸੀ ਜਾਂ ਪੰਨੂ ਦੇ ਸਰੀਕੇ ਭਾਈਚਾਰੇ ਨਾਲ ਸੰਬੰਧਿਤ ਕੋਈ ਵੀ ਮੂੰਹ ਖੋਲ੍ਹਣ ਅਤੇ ਅੱਗੇ ਆਉਣ ਲਈ ਤਿਆਰ ਨਹੀਂ। ਹੈਰਾਨੀ ਦੀ ਗੱਲ ਹੈ ਕਿ ਦੁਨੀਆ ਦੇ ਤਾਕਤਵਰ ਅਤੇ ਵਿਕਸਿਤ ਦੇਸ਼ ਕਨੇਡਾ ਅਤੇ ਅਮਰੀਕਾ ਵਰਗੇ ਦੇਸ਼ਾਂ ਦੇ ਕੋਲੋਂ ਵਿਸ਼ੇਸ਼ ਰੱਖਿਆ ਅਤੇ ਸੁੱਖ ਸਹੂਲਤਾਂ ਹਾਸਲ ਕਰਨ ਵਾਲੇ ਪ੍ਰਿੰਟ ਇਲੈਕਟ੍ਰੋਨਿਕ ਅਤੇ ਸੋਸ਼ਲ ਮੀਡੀਆ 'ਤੇ ਭਾਰਤ ਵਿਰੋਧ ਕੂੜ ਪ੍ਰਚਾਰ ਕਰਕੇ ਪ੍ਰਸਿੱਧੀ ਹਾਸਲ ਕਰਨ ਵਾਲੇ ਗੁਰਪਤਵੰਤ ਸਿੰਘ ਪੰਨੂ ਦੀ ਆਪਣੇ ਪਸਤਾਨੀ ਪਿੰਡ ਵਿੱਚ ਕੋਈ ਖਾਸ ਪਹਿਚਾਣ ਨਹੀਂ। ਪਿੰਡ ਦੇ ਦੌਰਾ ਕਰਨ 'ਤੇ ਪਿੰਡ ਵਾਸੀਆਂ ਨੇ ਆਪਣੀ ਪਹਿਚਾਣ ਸੁਪਾਉਣ ਦੀ ਸਰਤ 'ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਗੁਰਪਤਵੰਤ ਸਿੰਘ ਪੰਨੂ ਦਾ ਪਿੰਡ ਖਾਨਕੋਟ ਨਾਲ ਸਿੱਧੇ ਰੂਪ ਵਿੱਚ ਕੋਈ ਤਲੋਕਾਤ ਵਾਸਤਾ ਨਹੀਂ ਹੈ। ਉਸਨੂੰ ਕਦੇ ਵੀ ਇਸ ਪਿੰਡ ਵਿੱਚ ਦੇਖਿਆ ਨਹੀਂ ਗਿਆ।